ਅਸਲਾਮ ਵਾਲੇ ਸੋਨਾ ਸਾਈ ਮੈਂ ਹਾਂ ਤੁਹਾਡੀ ਹੋ ਸੋਨੀਆ ਮਲਤਾਨੀ ਮੇਰੇ ਨਾਲ ਮੇਰੀ ਥੀਮ ਮੌਜੂਦ ਹੈ ਜਿੰਨੇ ਸਾਰੇ ਰੰਗ ਪੰਜਾਬ ਦੇ ਤੱਕ ਨਜ਼ਰ ਆਸਣ ਤੇ ਜਨਾਬ ਇਥਾ ਮੌਜੂਦ ਹਨ ਸਾਰੇ ਨਾਲ ਆਫਤਾਬ ਇਕਬਾਲ ਸਾਹਿਬ ਤੇ ਉਹਨਾਂ ਦੇ ਨਾਲ ਬੈਠਨ ਅਲੀ ਹਸਨਿਆਨ ਵੀਰਾ ਕੀ ਹਾਲ ਹੈ ਸਹੀ ਠੀਕ ਠਾਕ ਹੋ ਜੀ ਅਲਹਦੁਲਿਲਾ ਬਿਲਕੁਲ ਠੀਕ ਠਾਕ ਤੁਸੀਂ ਸੋਨਾ ਅੱਲਾ ਦਾ ਸ਼ੁਕਰ ਹੈ ਸਹੀ ਸਹੀ ਅੱਜਕਲ ਧੂੜਾ ਲੌਂਗ ਮਾਰਚ ਦਾ ਤੇ ਸਾਡਾ ਅੱਜ ਟੌਪਿਕ ਵੀ ਹੋਏ ਤੇ ਤੁਸੀਂ ਇਸ ਦੇ ਬਾਰੇ ਕੀ ਅਕਸੋ ਵੈਸੇ ਤੇ ਅਸੀਂ ਪਲਾਨ ਇਹ ਨਹੀਂ ਕੀਤਾ ਕਿ ਸਾਰੇ ਰੰਗ ਪੰਜਾਬ ਦੇ ਨੂੰ ਸਿਆਸਤ ਤੋਂ ਪਾ ਕੇ ਰੱਖਣਾ

मुड़ मैं पूछा कि फलाने ने वि लॉग आख्या दसा सुनिया नहीं सुन के दसने आखिरी सवाल मैं सवाती साहब का क्यों सवा कोई खास ऐलान करना आखिया जी अजय तोड़ी तो कोई नहीं किया किसी आख्या कर दिता इन्हें सुनिया नहीं जी। मैं पूछा कि बिलकुल ही डिस इंटरस और लातुक है सू इस नहीं ਇਹ ਸਿਆਸੀ ਤੌਰ ਤੇ ਮੁਲਕ ਜਿਹਦਾ ਵੀ ਜਾਣਦਾ ਹੈ 75 ਸਾਲਾਂ ਤੋਂ ਇਹਦੇ ਨਾਲ ਇਹੋ ਕੁਝ ਹੁੰਦਾ ਪਿਆ ਤੇ ਇਹੋ ਕੁਸ਼ਾ ਗਾ ਵੀ ਉਸ ਸੀ ਜੀ ਤੇ ਵੀ ਆਰ ਲੀਸਟ ਇੰਟਰਸਟਿਡ ਆਖੇ ਯਾਰ ਇਹ ਗੱਲ ਜਿਹੜੀ ਨਾ ਇਹ ਕਾਬਲੇ ਕਬੂਲ ਨਹੀਂ ਹੈ ਜੀ ਬਿਲਕੁਲ ਤੁਸੀਂ ਬੰਨਾ ਤਾਂ ਲੱਗੋ ਨਾ ਤੁਸੀਂ ਆਖੋ ਜੀ ਤੁਸੀਂ ਦੂਜੇ ਗਰੁੱਪ ਨਾਲ ਜੀ ਜੀ ਤੁਸੀਂ ਇਮਰਾਨ ਤੇ تنਕੀਦ ਕਰੋ ਤੁਸੀਂ ਆਖੋ ਜੀ ਇਮਰਾਨ ਗਲਤ ਕਰ ਰਿਹਾ ਔਰ ਇਵਨ ਸਾਬਤ ਕਰਨ ਦੇ ਵੀ ਲੋੜ ਕੋਈ ਨਹੀਂ ਤੁਸੀਂ ਆਖੋ ਜੀ ਅਸੀਂ ਦਿਲੋਂ ਮੰਨੇ ਆਂ ਇਮਰਾਨ ਗਲਤ ਹੈ ਹਾਂ ਜੀ ਮੈਂ ਮੁਰ ਵੀ ਤੁਹਾਡੀ ਕਦਰ ਕਰਸਾਂ ਕਿ ਤੁਸੀਂ ਕਮਸਕਮ ਕੁਛ ਨਜ਼ਰੀਆਤ ਰੱਖਦੇ ਹੋ ਨਾ ਕਿਸੇ ਧੜੇ ਚ ਇਹਦਾ ਮਤਲਬ ਧੜੇਬਾਜ਼ੀ ਨਹੀਂ ਹੈ ਗੈਂਦਾ ਮਤਲਬ ਹੈ ਕਿ ਤੁਹਾਡੀ ਨਜ਼ਰ ਮਾਮਲਾਤ ਦੇ ਉੱਤੇ ਹੈ ਬਿਲਕੁਲ ਤੁਸੀਂ ਇਹ ਆਖੋ ਕਿ ਜੱਟ ਜਾਣੇ ਵਿੱਜੂ ਜਾਣੇ ਹਾਂਜੀ ਸਾਨੂੰ ਕੋਈ ਦਿਲਚਸਪੀ ਕੋਈ ਨਹੀਂ ਤਮੜ ਤੁਸੀਂ ਇੱਥੇ ਰਹਿੰਦੇ ਕਿਉਂ ਪੈਜ ਹੋਏ ਬਲਕਿ ਸਰ ਤੁਸੀਂ ਜਿਹੜੀ ਗੱਲਾਂ ਪੁੱਛੀਆਂ ਨੇ ਇਹ ਤਿੰਨੋਂ ਅੱਜਕੱਲ੍ਹ ਹਰ ਘਰ ਦਾ ਟੌਪਿਕ ਹੈ ਖਬਰ ਤਿੰਨ ਨੂੰ ਪਤਾ ਹੈ ਜੀ ਸਰ ਯਾਨੀ ਕਿ ਬਾਲ ਉਨੇ ਨੂੰ ਪਤਾ ਹੈ ਹਰ ਸਭ ਨਿੱਕੇ ਨਿੱਕੇ ਬਾਲਾਂ ਨੂੰ ਇੰਨਾ ਨਹੀਂ ਪਤਾ ਉਹ ਕਾਰਟੂਨ ਵੇਖਣਦੇ ਹੁੰਦੇ ਪਤਾ ਹੈ ਪਤਾ ਹੈ ਸਹੀ ਹਰ ਕਿਸੇ ਨੂੰ ਪਤਾ ਹੈ ਕਾਰਟੂਨ ਵਾਲਾ ਦੌਰ گزر ਗਿਆ ਮੇਰਾ ਹਾਂ ਉਹ ਨਿੱਕੇ ਨਿੱਕੇ ਬਾਲ ਕੋਈ ਪਤਾ ਹੈ ਕਿ ਇਹ ਕੌਮ ਜਗਾਤੀ ਹੈ ਕਪਤਾਨ ਨੇ ਭਾਈ ਅੱਛਾ ਕਪਤਾਨ ਨੇ ਨਹੀਂ ਜਗਾਈ ਯਾਦ ਰੱਖ ਮੁਰਕਾ ਜਗਾਈ ਹੈ ਕਪਤਾਨ ਦਾ ਇੱਕ ਕਿਰਦਾਰ ਹੁੰਦੇ ਚ ਜ਼ਰੂਰ ਹੈ ਜੀ ਬਿਲਕੁਲ ਉਹਦੇ ਵਿੱਚ ਸੋਸ਼ਲ ਮੀਡੀਆ ਦਾ ਵੀ ਬੜਾ ਕਿਰਦਾਰ ਹੈ ਉਹਦੇ ਵਿੱਚ ਰੋਸ਼ਨ ਖਿਆਲ ਯੰਗਸਟਰਸ ਦਾ ਵੀ ਬੜਾ ਰੋਲ ਹੈ ਜੀ ਬਿਲਕੁਲ ਔਰ ਇਹ ਸਾਰਾ ਮਿਲਾ ਕੇ 1% ਬੰਦ

ਉਹ ਇਹ ਨਹੀਂ ਆਖ ਸਕਦਾ ਮੈਂ ਮੁਹੱਬੇ ਬਤਨ। ਉਹਨੂੰ ਕਿਸੇ ਨਾਲ ਮੁਹੱਬਤ ਨਹੀਂ। ਕਿਉਂ ਨਹੀਂ? ਤੁਹਾਨੂੰ ਆਪਣੇ ਆਪ ਨਾਲ ਹੁਬ ਨਹੀਂ ਹੈ ਤੁਹਾਡਾ। ਮੁਹੱਬਤ ਬਗਰ ਮਰੇ ਚੁੜੇਲ ਜਈ। ਉਹਨਾਂ ਨਾਲ ਗੱਲ ਕਰਨ ਲਈ ਜੀ। ਨਹੀਂ ਨਹੀਂ ਉਹ ਠੀਕ ਉਹ ਠੀਕ ਪਿਆੰਦਾ। ਦਿਲ ਤੋੜਨ ਵਾਲੀ ਗੱਲ ਨਾ ਕਰੋ। ਅਸੀਂ ਭਾਜੀ ਪੂਰਾ ਪਿਆਰ ਕਰ ਰਹੇ ਹਾਂ। ਧਰਨੇ ਅਸੀਂ ਬਾਜ਼ੂ ਬਣ ਕੇ ਨਾਲ ਰਹੇ ਹਾਂ ਬਾਬਾ ਜੀ। ਕਿੱਥੇ? ਅਸੀਂ ਬਾਜ਼ੂ ਬਣੇ ਰਹੇ ਹਾਂ। ਬਾਜ਼ੂ ਵੀ ਉਹ ਜਿਹਨੂੰ ਫਾਲਜ ਹੋਇਆ ਹੈ। ਇਹ ਵਾਕੀ ਫਾਲਜ ਵਾਲੀ ਗੱਲ। ਕੀ ਗੱਲ ਭਾਜੀ ਅਸੀਂ ਕਿਉਂ ਨਹੀਂ ਹੋ ਸਕਦੇ ਮੁਹੱਬਤ ਵਤਨ? ਕੋਈ ਅੱਲਾਹ ਤਾਲਾ ਦਾ ਬਾਗੀ। ਅੱਲਾਹ ਤਾਲਾ ਨੂੰ ਖੁੱਲ ਕੇ ਡਿਫ ਉਹਦੇ ਹਕਾਕਮਤ ਨੂੰ ਡਿਨਾਈ ਕਰਨ ਵਾਲਾ ਉਹ ਬੇਵਤਨ ਹੋ ਹੀ ਨਹੀਂ ਸਕਦਾ ਅੱਛਾ ਅਸੀਂ ਪਤੀਲੇ ਬਤੂਲੇ ਨਹੀਂ ਲਾਉਣੇ ਤੇਰੀ ਉਕਾਤ ਨਹੀਂ ਪਤੀਲੇ ਲਾਣਾ ਪਤੀਲੇ ਲਾਣਾ ਆਸਾਨ ਕੰਮ ਹੈ ਮੈਂ ਤੈਨੂੰ ਸ਼ਹਿਰ ਵਿੱਚ 20 ਬੰਦੇ ਗਿਨਾ ਸਕਣਾ ਜਿਹੜੇ ਪਤੀਲਿਆਂ ਤੋਂ ਕਰੋੜਪਤੀ ਹੋਏ ਪਏ ਨੇ ਅੱਜ ਇਹ ਨਹੀਂ ਕਿ ਪੁਰਾਣੇ ਜ਼ਮਾਨੇ ਦੀ ਫੱਜੇ ਨੇ ਵੀ ਪਤੀਲੇ ਤੋਂ ਸ਼ੁਰੂ ਕੀਤਾ ਸੀ ਹਾਫਿਜ਼ ਨੇ ਵੀ ਸ਼ੁਰੂ ਕੀਤਾ ਸੀ ਜੀਲੇ ਨੇ ਵੀ ਸ਼ੁਰੂ ਕੀਤਾ ਸੀ ਆਰੇ ਆਂਦਾ ਨਾ ਯਾਦ ਜਿੱਥੋਂ ਜਿੱਥੋਂ ਮੁਫਤ ਖਾਂਦਾ ਰਿਹਾ ਜੀ ਦੇਖੋ ਮੈਂ ਅੱਜ ਥੋੜੀ ਮੁਫਤ ਨਹੀਂ ਖਾਦਾ। ਯੋ ਇਸ ਗੱਲ ਨਾਲ ਇਤਫਾਕ ਨਹੀਂ ਹੈਗਾ। ਸੌਣ ਵਾਸਤੇ ਕਹਿ ਰਹੇ ਆ ਮੌਲਾ ਅਸੀਂ ਵੀ ਕਰੋੜਾਪਤੀ ਹੋਵਾਂਗੇ ਉਹੀ ਪਤੀਲੇ ਚੁੱਕ ਕੇ। ਕੀ ਕਹਿੰਦੇ ਕੈਸੀ ਚੁੱਤਰ ਲਈ ਤਾਉਲਾ ਦਾ ਉਸਤਾਦ ਹੁੰਦਾ। ਵਾਹ ਜੀ ਵਾਹ। ਇਹ ਦੇਖੋ ਉਹਦੇ ਨਾਲੋਂ ਜ਼ਿਆਦਾ ਗਰਮ ਹੈਗੀ ਬਾਬਾ ਜੀ। ਕੈਸੀ? ਇਹ ਪਤਾ ਜਿੰਨੇ ਤੋਹਫਾ ਦਿੱਤਾ ਨਾ ਕਿੱਡੀ ਡਾਢੀ ਹੈ। ਸਰਕਾਰ। ਬਹੁਤ ਸੋਹਣੀ ਲੱਗ ਰਹੀ ਬਈ। ਜੈਲੀ ਰਹਿਮਾਨ ਸਾਹਿਬ ਨੇ ਤੇ ਨਹੀਂ ਦਿੱਤਾ ਤੁਹਾਨੂੰ। ਇਹ ਮੇਰੀ ਬੇਗਮ ਸਾਹਿਬਾ ਨੇ ਦਿੱਤਾ। ਵਾਹ ਵਾਹ ਵਾਹ। ਐਡਾ ਫੋਨ ਸੁਣਦੇ

ਤੁਸੀਂ ਮੋਈ ਪੇ ਵਤਨ ਕਿਵੇਂ ਹੋ ਸਕਦੇ ਹਨ ਮੈਂ ਕੀ ਹੈ ਜਦ ਸੁਹਾਨਲਾ ਕਰੇਗਾ ਜਿਹਦੇ ਚ ਮਮਤ ਤਵੱਕਲ ਹਲ ਗਲਟ ਰਪੈਂਦੀ ਹੈ ਤਵੱਕਲ ਤੋਂ ਤੁਹਾਨੂੰ ਨਫਰਤ ਹੈ ਨਫਰਤ ਨਹੀਂ ਹੈਗੀ ਭਾਜੀ ਭੈੜਾ ਕੰਮ ਤੇ ਨਾ ਕਰ ਦੇਣਾ ਦਿਲ ਤੋੜੀ ਦਾ ਕਿਸੇ ਦਾ ਨਾ ਕੋ ਅੱਲਾ ਮਾ ਬਾਦ ਦੁਆ ਯਤੀਮ ਦਾ ਮਾਲ ਨਹੀਂ ਖਾਦਾ ਕਦੀ ਇਹ ਤੇ ਕਤਬਲ ਵੀ ਉਹ ਕੁਝ ਕਰਦੀ ਹੈ ਕਤਬਲ ਕੌਣ ਹੈ ਕਤਬਲ ਕੌਣ ਹੈ ਬਾਬਾ ਇੱਕ ਵਿਚਾਰਾ ਕੁੱਤਾ ਜਿਹੜਾ ਆਰਾਮ ਨੇ ਠੰਡੀ ਜੀ ਜ਼ਮੀਨ ਤੇ ਪਿਆ ਕੁਝ ਨਹੀਂ ਆਂਦਾ ਤੁਹਾਨੂੰ ਜੀਆ ਉਹਦੇ ਤੇ ਤੁਹਾਡੇ ਕੋਈ ਫਰਕ ਨਹੀਂ। ਠੰਡੀ ਜ਼ਮੀਨ ਤੇ ਕੌਣ ਪੈਂਦਾ ਜੇ ਕੁੱਤੇ ਦੇ ਕੰਮ ਹੋਣਾ ਸਾਡੀਆਂ ਦੇ ਹੱਡੀਆਂ ਸੌਂ ਜਾਂਦੀਆਂ। ਕੁੱਤਾ ਪਿਆ ਵੀ ਠੰਡੀ ਜ਼ਮੀਨ ਤੇ ਬੜਾ ਅਜੀਬ ਜਿਹਾ ਹੁੰਦਾ ਹੈ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਦੇ ਤੁਸੀਂ ਕਿਸੇ ਦਾ ਫਾਇਦਾ ਕਰਨ ਲਈ ਪੈਦਾ ਹੋਏ ਜੇ। ਤੁਸੀਂ ਫਾਇਦਾ ਕੀ ਕਰਦੇ ਜੀ? ਫਾਇਦਾ ਨਸ਼ਾ ਮੁਕਾਰ ਰਹੇ ਪੀ ਪੀ ਕੇ। ਜ਼ਿੰਦਗੀ ਮੁਕਾਰ ਰਹੇ ਜਿਹੜੀ ਅਮਾਨਤ ਹੈ। ਹਾਂ ਜੀ। ਐਲੇ ਤਰ ਮਿਆਂ ਦਾ ਮਜ਼ਾ ਹੁੰਦਾ ਸੀ ਭਾਜੀ। ਆਹਾਂ। ਵਿੱਚ ਹਰ ਸੇ ਚੱਲਦੇ ਆ ਪੂਰੇ ਸੂਟੇ ਹੁਣ ਦਵਾਈ ਵੀ ਨਹੀਂ ਲੱਭਦੀ ਹੁਣ। ਉਹਨਦੇ ਧਰਨੇ ਜਗ੍ਹਾ ਸਾਰੇ ਸੂਫੀ ਸੂਫੀ ਟਾਇਪ ਉੱਥੇ ਕੋਈ ਵੀ ਨਹੀਂ ਨਾ ਕੋ ਸਾਦਾ ਪੀ ਰਿਆ ਨਾ ਕੋ ਦਵਾਈ ਪਤਾ ਕਿਨੂੰ ਕਹਿੰਦੇ ਨਹੀਂ ਕਹ ਕੋਧਨੇ ਨਸ਼ੇ ਨੂੰ ਦਵਾਈ ਸੋਤਾ 200 ਰੁਪਏ ਦੀ ਗ੍ਰਾਮ ਹੋ ਗਈ ਤੁਹਾਨੂੰ ਪਤਾ ਨਹੀਂ ਤੇ ਪਿਛਲੇ ਦਰਰੇ ਜੂਸੇ ਨਸ਼ਾ ਕਰਦੇ ਸੋ ਅਕਸਰ ਲੋਕੀ ਕਰਦੇ ਸੀ ਤੇ ਹੁਣ ਕੀ ਹੈ ਭਾਜੀ ਹੁਣ ਸਾਰੇ ਬਦਲ ਗਿਆ ਹੁਣ ਸਭ ਨੂੰ ਤਬਦੀਲੀ ਦਾ ਨਸ਼ਾ ਹੋਇਆ ਹੈ ਹੁਣ ਸਭ ਤੋਂ ਵੱਡਾ ਨਸ਼ਾ ਵੀ ਉਹ ਹੈ ਯੈਸ ਤੁਸੀਂ ਵੀ ਤਬਦੀਲ ਹੋ ਜਾਓ ਹਾਂ ਸਾਨੂੰ ਤਬਦੀਲੀ ਦਾ ਨਸ਼ਾ ਨਹੀਂ ਹੋ ਰਿਹਾ ਮੈਂ ਜਲਸੇ ਜਾ ਕੇ ਬੜੇ ਉੱਚੀ ਉੱਚੀ ਸਾਲ ਹੈ ਨਸ਼ਾ ਹੋਏ ਏ ਨਸ਼ਾ ਲਾ ਸੀ ਤੇ ਉਹ ਨਸ਼ਾ ਚੜ ਸੀ ਮਰੇ ਨਾਰੇ ਬਿਲਾਏ ਝੰਡੇ ਵੀ ਅਸੀਂ ਖੋਏ ਇੱਕ ਬੰਦੇ ਕੋ ਕਿੰਨੀ ਦੇ ਰੈਂ ਜਾਂ ਕੀਤਾ ਕੋਈ ਤਬਦੀਲੀ ਨਹੀਂ ਆਈ ਮੈਂ ਕਿਹਾ ਆ ਬਣਾ ਆਈ ਮੈਂ ਤੇ ਪਾਣੀ ਵਾਲਾ ਕੂਲਰ ਲੈ ਕੇ ਗਿਆ ਸੀ ਛੋਟਾ ਅੱਛਾ 100 ਰੁਪਏ ਦਾ ਗਲਾਸ ਵੇਚਿਆ ਮੈਂ ਜੋ ਪੈਸੇ ਕਮਾ ਕੇ ਨਸ਼ਾ ਲੈ ਲਿਆ ਸੋਨਾ ਟੀਕਾ ਲਾਇਆ ਹੈ ਰਾਤੀ ਕਿੰਨਾ عرصਾ ਹੋ ਗਿਆ ਨਸ਼ਾ ਕਰਦਿਆਂ ਮੈਨੂੰ ਭਾਜੀ 25 ਸਾਲ ਹੋ ਗਿਆ 25 ਸਾਲ ਤੇ ਕੀ ਘਟਿਆ 25 ਸਾਲਾਂ ਚ ਨਹੀਂ ਘਟਿਆ ਮੈਂ ਕੀ ਦੁਕਾਨ ਪਾਈ ਯਾਰ ਨਸ਼ੇ ਦੀ ਮੈਂ ਘਟਿਆ ਐ ਹੀ ਅਸੀਂ ਸਮਝਾ ਰਹੇ ਹਾਂ ਕਿ ਜ਼ਿੰਦਗੀ ਜ਼ਾਇਆ ਕਰ ਰਹੇ ਹੋ ਬਰਬਾਦ ਕਰ ਰਹੇ ਹੋ ਉਹ ਜ਼ਿੰਦਗੀ ਜ਼ਾਇਆ ਨਹੀਂ ਸੁਖ ਬਾਬਾ ਜੋ ਮਰਜ਼ੀ ਕੋ ਕ ਹੂੰ ਤੇਲ ਬਟਾਚੇਲ ਇਹੋ ਨੇ ਕਿ ਪਿਛਲੇ ਚੌਕ ਦੇ ਜੱਬਾ ਜੀ ਲਿੱਤਰ ਪੈ ਰਹੇ ਨੇ ਮੈਂ ਇੱਜ਼ਤ ਬਚਾ ਕੇ ਭੱਜ ਆ ਗਿਆ ਉਹ ਹਰਕਤ ਕੀਤੀ ਹੋਣੀ ਨਾ ਜਿਹੜੇ ਪੈ ਰਹੇ ਨੇ ਨਾ ਕਿ ਛਤਰਖਾਨ ਵਾਲੇ ਕੰਮ ਕਾਦੇ ਤੋਂ ਕਰਦਾ ਸਾਨੂੰ ਨਹੀਂ ਇਤ ਕਰਕੇ ਸਨੇ ਮਾਰਿਆ ਪੁਲਿਸ ਸਾਨੂੰ ਨਹੀਂ ਹੱਥ ਪਾੰਦੀ ਕਿੰਨੇ ادارے ਨੇ ਸਾਡੇ ਕੋਈ ਨਹੀਂ ਆਇਆ ਕੋਈ ਵਾਸਤੇ ਨਹੀਂ ਆਦੇ ਉਹਨੇ ਪਹਿਲੇ ਮੋਏ ਪੰਨੇ ਨੂੰ ਕਿਆ ਮਾਰਾ ਮੋਏ ਕੋ ਕੌਣ ਮਰੇਂਦਾ ਕਿੰਨੇ ਕਿਆ ਮੋਏ ਤੇ ਗਲਤ ਫਹਮੀ ਸਾਨੂੰ ਕੋਲ ਨੂੰ ਲੱਗਦਾ ਮੁੱਦਾ ਗੱਲ ਪਾਉਣਾ ਹੋਰ ਕਾਹ ਨਹੀਂ ਸਾਨੂੰ ਮੋਏ ਕਹਿੰਦੇ ਨਹੀਂ ਲੋਕ ਲਗਾ ਜੰਦਰਾ ਪੋਰਟਲੀ ਦਾ ਜ਼ਮੀਨ ਨਾਲੋਂ ਮੋਏ ਆ ਸੀ यार लॉक तो याद आया राब भाई उकाडे तो हो गया, ने। आ, तो हो गया ने। क्या लॉक मास्टर सी या, और बड़ा अच्छा इंसान तो, तो रोज मेरी अम्मा हर त्री चौथे दिन कोई ना कोई चाबी ना किश्त मामले बिलकुल बेहि से तुराप भाई आके बाजी तू फिक्र ना करो कोई मसला हैरान हो जाता हूं ट्राई सर्कल ਇਹ ਫਿਰ ਮਾਸ਼ਾਅੱਲਾ ਉਹਦੇ ਸ਼ਾਗਿਰਦ ਹੋਏ ਨੇ ਇੱਕ ਕਵਸਾਨਾ ਹੈ ਅਸ਼ਫਾਕ احمد ਦਾ ਇੱਕ ਬੰਦਾ ਤਾਲੇ ਖੋਲਦਾ ਜੀ ਉਹ ਰੀ ਦੁਨੀਆ ਚ ਮਸ਼ਹੂਰ ਹੁੰਦਾ ਔਰ ਉਹ ਇੰਟਰਨੈਸ਼ਨਲ ਇਵੈਂਟਸ ਕਰਦਾ ਫਿਰ ਇਹ ਮੈਨੂੰ ਕਿਸੇ ਲਈ ਯਾਦ ਕਰਾਵੇ ਫਿਰ ਕਿਸੇ ਦਿਨ ਤੁਹਾਨੂੰ ਉਹਦੀ ਕਹਾਣੀ ਸੁਣਾਸਾ ਉਹਦਾ ਮਜ਼ਾਹਰਾ ਕਿਵੇਂ ਹੋਇਆ ਆਈ ਤਾਂ ਹੁਣੇ ਹੀ ਯਾਦ ਕਰਾ ਦਿੰਨੇ ਉਹ ਤੇ ਸੁਣਾਉ ਨਹੀਂ ਨਹੀਂ ਅਸੀਂ ਕੋਈ ਹੋਰ ਗੱਲਾਂ ਕਰ ਰਹੇ ਆ ਕੱਦ ਲਈ ਹੋਰ ਗੱਲਾਂ ਕਰ ਲੈ ਮੁੰਲਾ ਚੁੱਪ ਕਰ ਅੱਛਾ ਮੈਂ ਤੇ ਬੀ ਹੋਸ਼ ਹੋ ਜਾਣਾ ਨਹੀਂ ਸਹੀ ਨਾ ਤਪਕਾ ਨਹੀਂ ਮਾਰੀਦਾ ਇਹਿਆ ਗੱਲ ਇਹ ਨਾ ਮੁੱਦਾ ਬਣ ਜਾਣਾ ਐਵੇਂ ਜੂਟਾ ਕਾਸ਼ ਪਾ ਲੈਂਦੇ ਨੇ ਅੰਗਲੇ ਨੂੰ ਕੋਈ ਨਾ ਕੋਈ ਦੇਣਾ ਪਵੇ ਦੇਣਾ ਪਉਂਦਾ ਇਹੋ ਜਿਹਾ ਬਾਬਾ ਹੱਥ ਥਾਣੇ 'ਚ ਬੈਠਾ ਹੁੰਦਾ ਇਹ ਨਾ ਛੱਡਣਾ ਤੂੰ ਜਾ ਮਰੇ ਘਰ ਸਾਨੂੰ ਕਿਤੇ ਫਿਰਨ ਦੇ ਖੁੱਲੀ ਆਵਾਜ਼ ਚਲ ਸਾਬ ਕੋਈ ਲੱਸੀ ਦੁੱਸੀ ਲਿਆਵਾਂ ਤੁਹਾਡੇ ਵਾਸਤੇ ਬਹੁਤ ਅੱਛੇ ਬਈ ਆਂ ਦੱਸੋ ਆਪ ਕਦੇ ਪੀਤੀ ਹੈ ਹੀ ਇਹੀ ਤਾਂ ਮੈਂ ਉਹਨੂੰ ਕਹਿਣਾ ਸੀ ਵੀ ਕਾਦਾ ਚੌਧਰੀ ਮਰੇ ਉਹਦੇ ਆ ਕੇ ਬੈਠੇ ਨਾ ਕੋ ਚਾਹ ਨਾ ਪਾਣੀ ਨਾ ਲੱਸੀ ਪਰ ਜਿਸ ਤਰ੍ਹਾਂ ਲੌਂਗ ਮਾਰਚ ਦਾ ਆਗਾਜ਼ ਹੋਇਆ ਲਾਹੌਰੋਂ ਬੜਾ ਬਿਹਤਰੀਨ ਕਰਾਊਡ ਖਾਨ ਸਾਹਿਬ ਨੇ ਕਰਾਊਡ ਲਾਹੌਰ ਦੇ ਵਿੱਚੋਂ ਤੇ ਕਾਫੀ ਜ਼ਿਆਦਾ ਚਾਰਜ ਕਰਾਊਡ ਇਕੱਠਾ ਕਰ ਲਿਆ ਹਰ ਪਾਸਿਓਂ ਇੱਕ ਖਬਰ ਮੇਰੇ ਲਈ ਕੋਈ ਨਹੀਂ ਤੁਸੀਂ ਜੇ ਮੈਨੂੰ ਇਹ ਆਖਦੇ ਜੀ ਕਿ ਬੜਾ ਕਰਾਊਡ ਇਕੱਠਾ ਹੋ ਗਿਆ ਇਹ ਕੋਈ ਖਬਰ ਸਰ ਮੈਂ ਜੋ ਕਹਿਣਾ ਚਾਹ ਰਿਹਾ ਕਿ ਇਸਲਾਮਾਬਾਦ ਪਹੁੰਚ ਕੇ ਉਹਨਾਂ ਨੇ ਇੱਕ ਜਗ੍ਹਾ ਤੇ ਪੜਾਓ ਕਰਨਾ ਹੈ ਤੇ ਉਹਦਾ ਇੰਪੈਕਟ ਯਾਨੀ ਕਿ ਤੁਸੀਂ ਪ੍ਰੈਸ਼ਰਾਈਜ਼ ਕਿਸ ਤਰ੍ਹਾਂ ਕਰ ਸਕਦੇ ਹੋ ਗਵਰਨਮੈਂਟ ਨੂੰ ਉਹਨੇ ਫਿਲਹਾਲ ਪ੍ਰੈਸ਼ਰਾਈਜ਼ ਤਾਂ ਕਰਨਾ ਹੀ ਨਹੀਂ ਅੱਛਾ ਨਹੀਂ ਸਰ ਆਖਰ ਇੱਕ ਮਕਸਦ ਹੈ ਨਾ ਵੀ अर्ਲੀ ਇਲੈਕਸ਼ਨਸ ਉਹਦਾ ਮਕਸਦ ਸਿਰਫ ਇਹ ਕਿ ਇੱਕ ਥਾਂ ਇਕਜਾ ਕਰਕੇ ਲੋਕਾਂ ਨੂੰ ਪੂਰੀ ਦੁਨੀਆ ਨੂੰ ਇਹ ਮੈਸੇਜ ਦੇਣਾ ਹੈ ਕਿ ਵੇਖੋ ਅਕਸਰੀਅਤ ਕੀ ਆਂਦੀ ਹੈ ਤੇ ਕੀ ਮੰਗਦੀ ਹੈ ਠੀਕ ਰਿਸ਼ਤੇ ਦੇ ਬਾਵਜੂਦ ਕਿਉਂਕਿ ਸਾਡੀ ਹਕੂਮਤ ਨੂੰ ਸਪੋਰਟ ਬਾਰੋਂ ਵੀ ਬੜੀ ਹੈ ਬਿਲਕੁਲ ਉਹ ਇਹਦਾ ਪੰਨਾ ਇੰਚ ਵਾਸੀ ਹੂੰ ਕਿ ਲੋਕਾਂ ਨੂੰ ਪਤਾ ਲੱਗੇ ਬਾਹਰਲੇ ਮੁਲਕਾਂ ਨੂੰ ਪਤਾ ਲੱਗੇ ਕਿ ਐਡੀ ਕੋ ਤਾਂ ਪਪੂਲਰ ਹੈ ਗਵਰਨਮੈਂਟ ਯਾਨੀ 26-27 ਕਿਲੋਮੀਟਰ ਦੇ ਰੇਡੀਅਸ ਤਬਾਰ ਬਿਲਕੁਲ ਕਾਲੀ ਕੁੱਤੀ ਨਹੀਂ ਜਾਣਦੀ ਇਸ

ਉਹ ਡੀ ਚੌਕ ਲੈ ਜਾਣਾ ਚਾਹੁੰਦੇ ਉਸ ਸਹੀ ਹਾਂਜੀ ਉਹ ਸ਼ਹਿਰ ਦੇ ਦਸਤੂਰ ਲੈ ਜਾਣਾ ਚਾਹੁੰਦੇ ਉਸ ਉਹ ਨਵੜ ਬੰਨੇ ਉਸੀ ਬਿਲਕੁਲ ਜਿਸ ਤੋਂ ਤੁਹਾਨੂੰ ਮਨਾ ਕੀਤਾ ਤੁਸੀਂ ਕਿਹਾ ਹਾਂ ਅਗਰ ਉਸ ਤੋਂ ਇਲਾਵਾ ਕੋ ਗੱਲ ਹੈ ਸਿਰਫ ਕੈਮਰਿਆਂ ਦੀ وجہ ਨਾਲ ਤੁਹਾਨੂੰ ਮਾਰਿਆ ਕੁੱਟਿਆ ਨੇ ਤੇ ਮੜ ਬੰਨ ਦੱਸੋ ਹੂੰ 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 ਮੈਂ ਗੱਲ ਕਰਸਾਂ ਇਸ ਹਵਾਲੇ ਦੇ ਨਾਲ ਮੈਂ ਉਸ ਤੋਂ ਹੋਰ ਕੁਝ ਨਹੀਂ ਤੇ ਵੀ ਲੌਗ ਤਾਂ ਕਰਾਂ ਕੋ ਖਫਤਾ ਪਾਵਾਂ ਯਾ ਯਾ ਸਹੀ ਹੈ ਯਾਨੀ ਅਜੇ ਤੇ ਉਸ ਮਰਹੂਮ ਦੀ ਉਸ ਸ਼ਹੀਦ ਦੇ ਕਬਰ ਦੀ ਮਿੱਟੀ ਵੀ ਅਜੇ ਗਿੱਲੀ ਹੈ ਹਾਂ

और बल्कि मैं आखसा प्रोड्यूसर साहब नोकि गाना है इसलिए सैगमेंट के अगर पूरा नहीं तो अद्धा जरूर कम अज़ कम जरूर लान उठ बांध कमर क्या डरता है फिर देख, देख, देख दे। खुदा क्या करता वो, है वो अभी नहीं तो कभी नहीं तो बहुत खूबसूरत है ये धरती अपनी माँ जैसी कमर क्या डरता है फिर दे खुदा क्या करता है ये धरती अपनी माँ जैसी हम सबको फर्ज निभाना है ये धरती अपनी माँ जैसी हम सबको फर्ज निभाना है

अभी नहीं तो कभी नहीं ये बड़ा अच्छा थीम है गए नाले वेले दी लोड बनी जी, जी लोकी अपने अंदर एक जोश जज्बा महसूस कर रहे हैं ये बड़ी चंगी गल है के मिडल क्लास जिंदा फौरी मसला हुक इफ्लास नांग और बीमारी नहीं है हम्म उस सबसिस्टेंस लेवल तो मुड़ भी थोड़ा बहुत अगेरे ने जी जी महीना पूरा भी काम ना ना करन या तो नौबत नहीं आंदी ਸਬਸਿਸਟੈਂਸ ਲੈਵਲ ਤੇ ਮਿਲਦਾ ਹੈ ਉਸ ਗਰੀਬ ਨੂੰ ਜਿਹਨੇ ਅੱਜ ਕਮਾਇਆ ਤੇ ਸਵੇਰੇ ਖਾਸੀ ਜੀ ਜੀ ਸਹੀ ਗੱਲ ਹੈ ਉਹ ਜਿਹੜੀ ਮੀਡਲ ਕਲਾਸ ਹੈ ਉਹ ਲੀਡ ਕਰ ਰਹੀ ਹੈ ਮੀਡਲ ਕਲਾਸ ਨਾਲ ਟੋਰ ਰਹੀ ਹੈ ਜੀ ਜੀ ਅਗਰੇ ਸਾਰਿਆਂ ਨਾਲ ਬਿਲਕੁਲ ਪਹਿਲੋਂ ਖਰਚਾ ਕਰਕੇ ਸਰ ਗੱਡੀਆਂ ਫਿਊਲ ਝੰਡੇ ਹਰ ਇੱਕ ਬਲਕੇ ਲੋਕਾਂ ਨੂੰ ਵੰਡ ਰਹੇ ਨੇ ਆਪ ਮੈਂ ਆਪ ਵੇਖੇ ਨੇ ਕਈ ਐਸੇ ਦੋਸਤ ਦੇਖੋ ਆਂ ਦੱਸਣ ਕਿ ਜੀ ਇਹ ਤਾਂ 버ਗਰ ਹੈਗੇ ਨੇ ਇਨਾ ਕੀ ਟੋ ਮੌਸਮ ਵੇਖੋ ਫਲਾਣਾ ਵੇਖੋ

ਉਹ ਛੇਤੀ ਮੁੱਕ ਜਾਂਦਾ ਕੰਮ ਹੁੰਦਾ ਜੋਸ਼ ਉਤਰ ਜਾਂਦਾ ਉਹ ਜੁਰਤ ਰਿੰਦਾਨਾ ਚਾਹੀਦੀ ਹੁੰਦੇ ਲਈ ਹੁੰਦਾ ਇੱਕ ਤਰ੍ਹਾਂ ਜਿਵੇਂ ਜੋਸ਼ ਜਜ਼ਬੇ ਟਨ ਹੋ ਕੇ ਜੀ ਕਰ ਦਿੰਦਾ ਨਸ਼ਾ ਉਤਰਦਾ ਜਦੋਂ ਤੇ ਇਹ ਜਿਹੜੀ ਤਬਦੀਲੀ ਹੈ ਨਾ ਇਵੋਲੂਸ਼ਨਰੀ ਹੈ ਇਰਤਕਾਈ ਅਮਲ ਹੈ ਜੀ 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 ਤੁਸੀਂ ਵੇਖੋ ਸਾਡਾ دین ਵੀ ਜਿਹੜਾ ਇਹ ਇਵੋਲੂਸ਼ਨ ਦਾ ਨਤੀਜਾ ਸੀ ਪਹਿਲੇ ਦਿਨ ਤੋਂ ਹੀ ਮਾਮਲਾਤ ਨਹੀਂ ਸ਼ੁਰੂ ਹੋ ਗਏ ਸਨ ਹਾਂ ਹੌਸਤਾ ਹੌਸਤਾ ਬਤਦਰੀਜ ਜਿਵੇਂ ਕੋ ਨਾ ਮੱਕੀ ਜ਼ਿੰਦਗੀ ਦਾ ਆਗਾਜ਼ ਜਿਹੜਾ ओ, इवन मदनी जिंदगी पूरी बतदरीज मामलात रहे हैं और पचहत्तर साल भी अगर ती अस नहज ते पहुँच गए हो तो डुले बेर अजय भी कुछ नहीं बिल्कुल खोया गुआया कुछ नहीं बिल्कुल सबक ही सीखे ना अब बड़ी खूबसूरत गल मैं पढ़ रहा सरल अल मायडा साफी दोस्त है बहुत सारिया चीजा मैं उन्हें इख्तलाफ भी करना लेकिन बड़ा जहीन है बहुत जहीन बच्चा उनके ट्वीट्स अजक बड़े मजेदार ने आंता है कि दोवे को सोच की मिसकैलकुलेशन है, सोच की गलती हुई है इमरान को गलती हुई कि उन्हें सोचा भी नहीं सी कि बाजवा ओनू सच्ची मुची क्डना चाहता और बाजवे को गलती यह हुई कि वो सोचा भी नहीं कि इमरान रजिस्टेंस कि ਆਹ ਉਹਦੀ ਗੁਰ ਤੇ ਬਰਦਾਸ਼ਤ ਕਿੰਨੀ ਹੈ ਫਾਈਟ ਬੈਕ ਕਰਨ ਦੀ ਅਬਿਲਟੀ ਫਾਈਟ ਬੈਕ ਵੇਖੋ ਉਹਦੇ ਤੋਂ ਬਾਅਦ ਫਾਈਟ ਬੈਕ ਕਿਆ ਕਰਨਾ 29 ਕੇ 30 ਸਕੋਰ ਤੇ 9 ਆਊਟਸ ਆਏ ਹਾਏ ਮੰਨਣ ਵਾਲੀ ਗੱਲ ਹੈ ਇਹਦਾ ਆਪਣਾ ਇੰਟਰਵਿਊ ਹੈ ਕਿ 골ਡੀ ਇਹਨਾਂ ਦੋਸਤ ਨੂੰ ਫੋਨ ਕਰਕੇ ਆਉਂਦਾ ਪਿਆ ਕਿ ਗੱਲ ਸੁਣ ਪਾਕਿਸਤਾਨ ਨਾ ਅਮੀ ਹੋ ਯੂਰਪ ਸ਼ੋਰੋ ਵੀ ਕਿਦਾਂ ਚਲਾ ਜਾਏ ਇੱਥੇ ਜੁੱਤੀਆਂ ਅਧਾਰ ਹਸਨ ਤੇਰੇ ਗੱਲ ਵਿੱਚ ਬਿਲਕੁਲ ਉਹ ਸਾਖਿਆ ਉਸ ਵੇਲੇ ਕਿ 골ਡੀ ਫਿਕਰ ਨਾ ਕਰ ਮੈਂ ਵਰਲਡ ਕੱਪ ਲੈ ਕੇ ਆ ਰਿਹਾ ਆ ਵਾਹ ਵਾਹ ਔਰ ਗੋਲਡੀ ਆਂਦਾ ਬਾਕੀ ਕਿੱਥੋਂ ਕਿੱਥੋਂ ਹਾਂ ਜੋ ਵਰਲਡ ਕੱਪ ਲੈ ਕੇ ਆਇਆ ਹਾਂ ਅੱਲਾਹ ਤਾਲਾ ਰਿਸਿਸਟੈਂਸ ਦੇ ਬਰਦਾਸ਼ ਦੇ ਸਬਰ ਦੇ ਹੌਸਲੇ ਦੇ ਬੜੇ ਨੰਬਰ ਦਿੰਦਾ ਮੈਂ ਦੇਖੋ ਕਿ ਨੰਬਰ ਉਸ ਦੇ ਨੇ ਜਾਂ ਤਾਂ ਮੰਨ ਲਓ ਕਿ ਨੰਬਰ ਅਮਰੀਕਾ ਦਿੰਦਾ ਹੈ ਸਹੀ ਯੂਰਪ ਦਿੰਦਾ ਔਰਤਨ ਦਿੰਦਾ ਹੈ ਜਾਂ ਚਾਈਨਾ ਦਿੰਦਾ ਹੈ ਨੰਬਰ ਕੌਣ ਦਿੰਦਾ ਰੱਬ ਦਿੰਦਾ ਸਿਰਫ ਰੱਬ ਦਿੰਦਾ ਇਹ ਰੱਬ ਦਾ ਆਪਣਾ ਸਟਾਈਲ ਹੈ ਉਹਦਾ ਆਪਣਾ ਮਾਮਲਾ ਮੈਂ ਤੁਹਾਨੂੰ ਲੋਕੀ ਪੁੱਛੀ ਜਾਂਦੇ ਨੇ ਕਿ ਜੀ ਜੇ ਨਾ ਹੋਇਆ ਲੌਂਗ ਮਾਰਚ ਦੇ ਨਤੀਜੇ ਇਨਕਲਾਬ ਤੁਹਾਨੂੰ ਕਹਾਂ ਕਿ ਤੁਸੀਂ ਇਨਕਲਾਬ ਲਈ ਵਾਕ ਕਰ ਰਹੇ ਹੋ ਅਗਰ ਤੁਸੀਂ ਇਨਕਲਾਬ ਲਈ ਇਹ ਲੌਂਗ ਮਾਰਚ ਕਰ ਰਹੇ ਹੋ ਤਾਂ ਨਾ ਕਰੋ ਸਹੀ ਅਸੀਂ ਸੁਣਿਆ ਹੀ ਨੰਬਰ ਅੱਲਾ ਦਿੰਦਾ ਹੈ ਅਸੀਂ ਐਵੇਂ ਬਾਬੇ ਕੋ ਜਾਂਦੇ ਰਹਿੰਨੇ ਰੋਜ਼ ਅਲਕੁਰਾਨ ਦਾਦੀ ਤੋਂ ਪਹਿਲੇ ਤੁਸੀਂ ਬਾਬਿਆਂ ਕੋ ਲਈ ਰਸੋ ਸਾਰੀ ਉਮਰ ਭਾਈ ਬਾਬਾ ਨੰਬਰ ਦਿੰਦਾ ਲੈ ਕੇ 40 50 ਜੋ ਵੀ ਅਸੀਂ ਲਾਉਣਾ ਹੁੰਦਾ ਪਾਪਾ ਐਡੇ ਜੋਗਾ ਹੁੰਦਾ ਇਹ ਕੰਮ ਕਰਦਾ ਤੁਹਾਨੂੰ ਪਤਾ ਇਨਸ਼ਾਈ 11 ਬਣਾ ਰਹੇ ਹਾਂ ਇੱਕ ਪਹਿਲਾ ਮੈਂ ਸਾਡਾ ਜ਼ਿੰਬਾਬੇ ਨਾ ਹੋਣਾ ਜੀ ਔਰ ਅਸੀਂ ਜ਼ਿੰਬਾਬੇ ਕੋ ਬਦਲਾ ਲੈਣਾ ਬਾਬਰ ਆਜ਼ਮ ਦਾ ਦੇਖੋ ਤੁਸੀਂ ਇਹਨਾਂ ਦਾ ਸੀ ਹਾਲ ਕੀ ਕਰਦੇ ਅਸੀਂ ਪਹਿਲੇ ਉਹਨਾਂ ਨੂੰ ਸੋਹਣੇ ਜੋੜੇ ਪਿਆਉਣੇ ਜ਼ਿੰਬਾਬੇ ਦੀ ਟੀਮ ਨੂੰ ਓਏ ਮਨਸ਼ੀਆਤ ਨੂੰ ਪ੍ਰੋਮੋਟ ਨਾ ਕਰੋ ਕੀ ਕਰੋਗੇ ਜ਼ਿਆਦਾ ਤੋਂ ਜ਼ਿਆਦਾ ਪੁਲਿਸ ਬੁਲਾ ਲੋਗੇ ਪੁਲਿਸ ਕਿਉਂ ਬੁਲਾ ਸਕਦਾ ਮੈਂ ਛੜਵਾ ਲਿੱਤਰ ਨਾ ਮਾਰ ਸਕਦਾ ਯਾਰ ਇਹਨਾਂ ਨੂੰ ਪੁਲਿਸ ਬੁਲਾ ਦੇ ਤੇਰੀ ਮਿਹਰਬਾਨੀ ਤੇਰੀ ਜੁੱਤੀ ਵੀ 9 ਕਿਲੋ ਦੀ ਏ ਇਹਨੂੰ ਕੱਟ ਕੇ ਵੀ ਵੇਚ ਗਿਆ ਤੇ ਬਾਬਾ ਜੀ ਤੈਨੂੰ ਪਤਾ ਮੇਰਾ ਨਿਸ਼ਾਨਾ ਕਿੱਡਾ ਹਾਂਜੀ ਉਹ ਤਾਂ ਮੈਨੂੰ ਪਤਾ ਅੱਛਾ ਜੀ ਗੱਲ ਕਰਦਾ ਸਭ ਪਿਆ ਮੈਂ ਕਾਮਯਾਬੀ ਦੀ ਜੀ ਆਹਾ

ਮੱਕਾ ਵੀ ਅੱਲਾ ਦੇਵੇ ਅੱਲਾ ਤੌਫੀਕ ਵੀ ਦੇਵੇ ਉਹਨਾਂ ਨੂੰ ਜਿਨ੍ਹਾਂ ਦੇ ਹੱਥ 'ਚ ਤਾਕਤ ਹੈ ਮਤਲਬ ਵਗਾ ਜਿਨ੍ਹਾਂ ਦੇ ਹੱਥ 'ਚ ਹੈ ਸ਼ਰਈਆਂ ਨੇ ਬਿਲਕੁਲ ਔਰ ਇਹ ਮੁਲਕ ਕਾਇਮ ਵੀ ਹੈ ਤੇ ਉਸ ਵਿੱਚ ਉਹਨਾਂ ਦਾ ਬੜਾ ਅਮਲ ਦਖਲ ਹੈ ਬੜਾ ਇਖਤਿਲਾਫ ਇਨਫਰਾਦੀ ਹੋ ਸਕਦਾ ਹੈ 5 7 10 15 20 ਲੋਕਾਂ ਨਾਲ ਇਖਤਿਲਾਫ ਕਰ ਸਕਦੇ ਹੋ ਇਦਾਰੇ ਤਾਂ ਬੜੇ ਸ਼ਾਨਦਾਰ ਨੇ इवन ਤੁਹਾਡਾ ਜਿਹੜਾ ਸੈਕਟੇਰੀਏਟ ਦਾ ਏਦਾਰਾ ਹੈ ਜਿਹੜਾ ਤੁਹਾਡਾ ਕਸਟਮ ਦਾ ਏਦਾਰਾ ਕਸਟਮ ਵਿੱਚ ਕਿਡੀਆਂ ਗੰਦੀਆਂ ਮੱਛੀਆਂ ਹਨ ਬਿਲਕੁਲ ਪੁਲਿਸ ਦਾ ਏਦਾਰਾ ਹੈ ਬਿਲਕੁਲ फौज का इदारा जुडिशरी है सारे के सारे अपने मुल्क अपनी कौम बड़ा दर्द रखते हैं बड़ी फीलिंग रखते हैं लोग भी होंगे जो नहीं रखते हाँ। उन्होंने वफादारियां किसन का मतलब ना कि पूरे इदारे नहीं मतरूब चा करो मतूब चा करो दुआ करो कि ਹਨੇਰ ਨਹੀਂ ਹੈ ਦੇਰ ਹੈ ਬਸ ਸਹੀ ਤੇ ਉੱਥੇ ਅੱਪੜ ਜਾਓ ਉੱਥੇ 5-4 ਲੱਖ ਬੰਦਾ ਇਕੱਠਾ ਹੋ ਜਾ ਜੇ ਕਿ ਮੇਰਾ ਖਿਆਲ ਹੈ ਕਿ ਇਹ ਕੁਝ ਵੀ ਨਹੀਂ ਜਿਹੜਾ ਮੈਂ ਦੱਸਦਾ ਪਿਆ ਜੀ ਜੀ ਐਤ ਕੀ ਇਸ ਤੋਂ ਕਿਦਾਂ ਹੀ ਜ਼ਿਆਦਾ ਹੋ ਸੇ ਜੀ ਨਾ ਇਸ ਲਈ ਨਹੀਂ ਕਿ ਪੰਜਾਬ ਵਿੱਚ ਔਰ ਕੇਪੀਐਚ ਇਹਨਾਂ ਦੀ ਹਕੂਮਤ ਹੈ ਇਹਨਾਂ ਦੀ ਮਸ਼ਕ ਸੁਖਨ ਇੰਨੀ ਕੋ ਹੋ ਚੁੱਕੀ ਹੈ ਮਾਰਾ ਖਾ ਖਾ ਕੇ ਵਿਚਾਰੇ ਜੀ ਇੰਨੇ ਪੱਕੇ ਹੋ ਚੁੱਕੇ ਨੇ ਰਾਨੇ ਸਨਾਉਲਾ ਇਹਨਾਂ ਨੂੰ ਇੰਨਾ ਕੋ ਤਿਆਰ ਕਰ ਲਿਆ ਹੋਇਆ ਜੀ ਹਾਂ ਇਹਨਾਂ ਨੂੰ ਬੈਕ ਡੋਰ ਤੇ ਅਲਟਰਨੇਟ ਰੂਟਸ ਬੜਿਆਂ ਦਾ ਪਤਾ ਹੈ ਉੱਥੇ ਬਹਿ ਜਾ ਸਨ ਆਰਾਮ ਨਾਲ ਪਾਰ ਕੇ ਬੜਾ ਵੱਡਾ ਮੈਂ ਕਦੇ ਨਹੀਂ مشورہ ਦੇਵਾਂਗਾ ਕਿ ਇਸਲਾਮਾਬਾਦ ਨੂੰ ਬਿਲਕੁਲ ਮਫਲੂਜ ਕਰ ਦਿਓ ਰਸਤੇ ਰੋਕ ਦਿਓ ਕੁਝ ਵੀ ਨਾ ਹੋਵੇ ਤੇ ਕੁਝ ਕਿਉਂ ਨਾ ਹੋਵੇ ਨੁਕਸਾਨ ਕਿੰਦਾ ਹੋ ਸੀ ਪਾਕਿਸਤਾਨ ਦਾ ਪਾਕਿਸਤਾਨ ਇੱਕ ਮਸ਼ੀਨ ਹੈ ਜਿਹਨੂੰ ਹਕੂਮਤ ਚਲਾ ਰਹੀ ਹੈ ਚੰਗਾ ਚਲਾ ਰਹੀ ਮੰਦਾ ਚਲਾ ਰਹੀ ਹੈ ਮਸ਼ੀਨ ਤਾਂ ਤੁਹਾਡੀ ਹੈ ਨਾ ਔਰ ਉਸੇ ਚਲਾਣਾ ਹੈ ਨਾ ਚਲਾਈ ਤੇ ਮਸ਼ੀਨ ਵੱਜ ਸੀ ਕਿਸੇ ਸ਼ਾਇਦ ਬਿਲਕੁਲ ਯਾਰ ਜੇ ਅਮਰੀਕਾ ਦਾ ਸਦਰ ਹੈ ਹੁੰਦਾ ਨਾ ਇੰਨੇ ਰੌਲੇ ਨਹੀਂ ਸੀ ਪੈਣੇ असली ਗੱਲ ਹੈ ਉਹ ਬੁੱਢਾ ਆਬਾਦਾਈ ਉਹਨੂੰ ਆਪਣਾ ਨਹੀਂ ਪਤਾ ਮੈਂ ਅਗਲਾ ਪੈਰ ਕਿੱਥੇ ਰੱਖਣਾ ਭਾਈ ਜான் ਐਫ ਕੈਨੇਡੀ ਨੂੰ ਜਾਣਦੇ ਹੋ ਨਾ ਤੁਸੀਂ ਜான் ਐਫ ਕੈਨੇਡੀ ਬੜਾ ਸ਼ਾਨਦਾਰ ਆਦਮੀ ਸੀ ਜੀ ਲੇਕਿਨ ਬਸ ਉਹ ਵੀ ਬੜਾ ਹੀ ਆਈਡੀਅਲਿਸਟ ਸੀ ਵਿਚਾਰਾ ਆਈਡੀਅਲਿਸਟ ਹਮੇਸ਼ਾ ਬੜੀ ਭਾਰੀ ਕੀਮਤ ਅਦਾ ਕਰਦੇ ਨੇ ਲੇਕਿਨ ਦੇਖੋ ਅੱਲਾਹ ਤਾਲਾ ਨੇ ਜான் ਐਫ ਕੈਨੇਡੀ ਐਵੇਂ ਇਸ ਕੱਚ ਨੇ ਮਿਸਾਲ ਦੇ ਦਿੱਤੀ ਅੱਲਾਹ ਨੇ ਉਹਨੂੰ ਤਾਰੀਖੇ ਚ ਕਿਸ ਕਦਰ ਜ਼ਿੰਦਾ ਰੱਖਿਆ ਹੋਇਆ ਹੈ

تاریخ زندہ سلامت ਰੱਖਿਆ ਹੈ ਅਸਲ ਚੀਜ਼ ਤਾਂ ਜ਼ਿੰਦਾ ਰਹਿਣਾ ਨਾ ਜੀ ਕਿਸ ਗੱਲ ਤੁਸੀਂ ਐਸ ਗੱਲ ਤੋਂ ਨਰਾਸੋ ਇੱਕ ਬੋਲਰ ਹੈ ਉਹ ਫਲਾਪ ਹੋ ਗਿਆ ਇੱਕ ਵਿਕਟ ਨਹੀਂ ਪੂਰੇ ਟੈਸਟ ਮੈਚ ਜਿਉਂ ਇੱਕ ਵਿਕਟ ਨਹੀਂ ਮਿਲੀ ਔਰ ਉਹਦੇ ਦੋ ਛੱਕਿਆਂ ਨੇ ਮੈਚ ਜਿਤਾ ਦਿੱਤਾ ਉਹਨੂੰ ਬੈਟਿੰਗ ਹੈ ਜੀ ਇਹ ਉਹਦੇ ਦੋ ਕੈਚਾਂ ਨੇ ਜੀ ਜੀ ਸਰ ਦੇਖਣਾ ਐਵੇਂ ਹੁੰਦਾ ਅਸਲ ਚੀਜ਼ ਕਿਤਾਬ ਦੇ ਵਿੱਚ ਆਪਣਾ ਨਾਂ ਦਰਜ ਕਰਾਣਾ ਤਾਰੀਖੇ ਕਿਤਾਬ ਹੈ ਜੀ ਉਹਨੇ ਅਪਾਲੋ ਮਿਸ਼ਨ ਦੀ ਇਜਾਜ਼ਤ ਦਿੱਤੀ ਸੀ। ਵਾਹ ਵਾਹ। ਜਿੱਦ ਚੰਦ ਤੇ ਜਾਣਾ ਸੀ। ਜੀ ਵਾਹ। ਅਗਰ ਉਹ ਅਪੋਲੋ ਮਿਸ਼ਨ ਤੇ ਸਾਈਨ ਨਾ ਕਰਦਾ ਤੇ ਅੱਜ ਇਹ ਤੁਹਾਡੇ ਹੱਥੇ 'ਚ ਨਾ ਹੁੰਦੀ। ਨਾ। ਵਾਹ ਸਿੰਘ। ਇੱਕ ਛੋਟੀ ਜੀ ਮਿਸਾਲ ਹੈ। ਹਾਂ। ਇਸ ਲਈ ਕੈਨੇਡੀ ਬਹਾਦਰ ਸੀ, ਆਈਡੀਅਲਿਸਟ ਸੀ। ਅੱਛੀ ਸੋਚ ਰੱਖਦਾ ਸੀ। ਅੱਲਾ ਨੇ ਉਹਨੂੰ ਨਵਾਜ਼ਿਆ। ਵਾਹ। ਸਹੀ। ਅੱਲਾ ਹਰ ਆਈਡੀਅਲਿਸਟ ਨੂੰ, ਹਰ ਅੱਛੀ ਔਰ ਪੋਜ਼ਿਟਿਵ ਸੋਚ ਰੱਖਣ ਵਾਲੇ ਲੀਡਰ ਨੂੰ ਨਵਾਜ਼ਦਾ। ਬਿਲਕੁਲ ਬਿਲਕੁਲ। ਤੈਂ ਐਸਾ ਹੁਣ ਸੁਣਸੋ ਅਲੀਆ ਵੈਸ ਬਿਰਾਦਾ ਗਾਣਾ। ਜੀ ਅਲੀਆ ਵੈਸ। ਤੇਰਾ ਚਿਹਰਾ ਕਿੱਡਾ ਪਿਆਰਾ ਲੱਗਦਾ ਏ ਹੋ ਚੰਨ ਤੇਰੇ ਦਾ ਪਿਆਰਾ ਲੱਗਦਾ ਏ ਹੋ ਚੰਨ ਤੇ ਮੁਖੜੇ ਤੇ ਭੁੱਲਾ ਜਿਆ ਰੰਗ ਆਇਆ ਹੋਇਆ ਏ ਗਜਲੇ ਨੇ ਵੇਖ ਕੀ ਹੰਦਰ ਆਇਆ ਹੋਇਆ ਏ ਤੱਕਿਆ ਨਾ ਜਾਵੇ ਉਹ ਨਜ਼ਾਰਾ